ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਵਦੀਪ ਸਿੰਘ ਵਿਰਕ, ਵਿਰਕਾਇਰਸ਼ਾਇਰ ਫਾਰਮ ਸ਼ੇਰਗੜ੍ਹ ਤੋਂ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਪੈ ਰਹੀ ਹੈ ਅਤੇ ਕੱਚੀ ਜਗ੍ਹਾ ਦੇ ਵਿੱਚ ਦੇਖੋ ਥੋੜ੍ਹਾ ਚਿੱਕੜ ਤਾਂ ਹਜੇ ਨਹੀਂ ਹੋਇਆ, ਬਟ ਗਿੱਲਾ ਹੋ ਕੇ ਖਰਾਬ ਜਿਹਾ ਕੰਮ ਹੋ ਗਿਆ। ਡੰਗਰ ਪਰੇਸ਼ਾਨ ਹੁੰਦੇ ਨੇ। 2 ਦਿਨ ਧੁੱਪ ਲੱਗੀ ਸੀਗੀ ਅਤੇ ਰਾਤ ਡੰਗਰ ਇੱਥੇ ਬੈਠਾ ਜਾਂਦਾ ਸੀ ਅਤੇ ਰਾਤ ਨੂੰ ਡੰਗਰ ਅਸੀਂ ਬਾਹਰ ਕੱਢਤੇ ਸੀ ਸਾਰੀ ਰਾਤ, ਦਿਨੇ ਡੰਗਰ ਸ਼ੈੱਡ 'ਚ ਸੀ। ਹੁਣ ਫਿਰ ਬੱਦਲ ਜਿਹੜਾ ਪੂਰਾ ਦੇਖੋ ਮੀਂਹ ਪੈਣ ਨੂੰ ਤਿਆਰ ਹੈ, ਹਲਕੀ ਗਿਣਮਿਣ ਹੋ ਵੀ ਰਹੀ ਹੈ। ਇਸੇ ਕਰਕੇ ਡੰਗਰ ਸਾਰੇ ਬਾਹਰ ਬੈਠੇ ਹੋਏ ਨੇ ਅਤੇ ਹੁਣ ਇਹਨਾਂ ਨੂੰ ਸ਼ੈੱਡ ਦੇ ਵਿੱਚ ਕਰਾਂਗੇ ਆਪਾਂ ਸੁਬਾਹ। ਸੁਬਾਹ ਦਾ ਰਾਸ਼ਨ ਜਿਹੜਾ ਫੀਡ ਹੈ ਅਤੇ ਸਾਈਲੇਜ ਆ, ਉੱਥੇ ਆਪਾਂ ਸ਼ੈੱਡ ਦੇ ਵਿੱਚ ਦੇਵਾਂਗੇ। ਇੱਕ ਬਹੁਤ ਹੀ ਜ਼ਰੂਰੀ ਦੋਸਤੋ ਤੁਹਾਡੇ ਨਾਲ ਜਿਹੜੀ ਜਾਣਕਾਰੀ ਆਪਾਂ ਸ਼ੇਅਰ ਕਰਨੀ ਸੀ। ਆਪਾਂ ਇੱਕ ਗਰੁੱਪ ਬਣਾਇਆ ਹੋਇਆ ਵਟਸਐਪ 'ਤੇ ਜਿਹਦੇ ਵਿੱਚ ਹਰੇਕ ਨੂੰ ਆਪਾਂ ਰੈੱਡ ਐਂਡ ਵਾਈਟ ਆਇਰਸ਼ਾਇਰ ਜਿਹਨੂੰ ਆਪਾਂ ਕਹਿੰਦੇ ਹਾਂ, ਧੋਖੇ ਤੋਂ ਬਚਾਉਣ ਵਾਸਤੇ, ਠੱਗੀ ਤੋਂ ਬਚਾਉਣ ਵਾਸਤੇ ਆਪਾਂ ਉਹ ਗਰੁੱਪ ਤਿਆਰ ਕੀਤਾ। ਅਗਰ ਕੋਈ ਵੀ ਪਸ਼ੂ ਵੀਰ, ਕੋਈ ਵੀ ਪਸ਼ੂ ਬਾਏ ਕਰਦਾ ਤਾਂ ਸਾਨੂੰ ਵੀਡੀਓ ਮਾੜੀ ਜਿਹੀ ਸੈਂਡ ਕਰ ਦਿਆ ਕਰੋ, ਅਸੀਂ ਤੁਹਾਨੂੰ ਰੇਟ ਦਾ ਆਈਡੀਆ ਅਤੇ ਤੁਹਾਨੂੰ ਦੱਸ ਦਾਂਗੇ ਵੀ ਉਹ ਕਿੱਦਾਂ ਦੀ ਹੈਗੀ ਹੈ। ਕਿਸੇ ਵੀ ਵੀਰ ਭਰਾ ਦੇ ਕੋਈ ਪਸ਼ੂ ਦੇ ਵਿੱਚ ਕੋਈ ਦਿੱਕਤ ਆਉਂਦੀ ਆ, ਕੋਈ ਅਚਾਨਕ ਪਸ਼ੂ ਬਿਮਾਰ ਹੁੰਦਾ ਤਾਂ ਤੁਹਾਨੂੰ ਉਹਦੇ ਵਿੱਚ ਸਾਰੀ ਗਾਈਡੈਂਸ ਮਿਲੂਗੀ। ਤੁਸੀਂ ਆਪ ਖੁਦ ਵੀ ਇਲਾਜ ਕਰ ਸਕਦੇ ਹੋ। ਕਈ ਵਾਰੀ ਡਾਕਟਰ ਵੀਰ ਲੇਟ ਹੋ ਜਾਂਦੇ ਨੇ ਤਾਂ ਫਿਰ ਕੇਸ ਥੋੜ੍ਹਾ ਜਿਹਾ ਸੀਰੀਅਸ ਹੋ ਜਾਂਦਾ। ਅਤੇ ਟ੍ਰੇਨਿੰਗ ਜਿਹੜੀ ਹੈ ਆਪਾਂ ਉਹ ਵੀ ਉਸ ਗਰੁੱਪ ਦੇ ਵਿੱਚ ਬਿਲਕੁਲ ਫ੍ਰੀ ਦੇਵਾਂਗੇ। ਜਾਣਕਾਰੀ ਤੁਹਾਨੂੰ ਬਹੁਤ ਮਿਲੂਗੀ। ਅਕਸਰ ਮੈਂ ਦੇਖਿਆ ਕਿ ਕਈ ਵੱਡੇ ਵੱਡੇ ਫਾਰਮ ਨੇ ਟ੍ਰੇਨਿੰਗ ਦੇ ਪੈਸੇ ਲੈਂਦੇ ਨੇ, ਬਟ ਆਪਣੇ ਕੋਲ ਉਹ ਕੰਮ ਨਹੀਂ। ਸਰਦੀ ਦੇ ਵਿੱਚ ਆਪਾਂ ਟ੍ਰੇਨਿੰਗ ਫਾਰਮ ਦੇ ਉੱਪਰ ਵੀ ਜਿਹੜੀ ਹੈ ਫ੍ਰੀ ਕਰਾਂਗੇ। ਅਤੇ ਆਪਾਂ ਬਰੀਡ ਤਿਆਰ ਕਿੱਦਾਂ ਕਰਨੀ ਆ ਉਹਦੇ ਬਾਰੇ ਵੀ ਦੱਸਾਂਗੇ। ਇਸ ਬਰੀਡ ਦਾ ਸੀਮਨ ਕਿੱਥੋਂ ਮਿਲੂਗਾ ਅਤੇ ਵਧੀਆ ਹੋਰ ਬਰੀਡਾਂ ਦੇ ਸੀਮਨ ਕਿੱਥੋਂ ਮਿਲਣਗੇ, ਉਹਦੇ ਵਿੱਚ ਵੀ ਸਾਰੇ ਸਪਲਾਈ ਵਾਲੇ ਵੀਰ ਆਪਾਂ ਜੋੜੇ ਹੋਏ ਨੇ। ਫੀਡ ਫੈਕਟਰੀਆਂ ਦੇ ਵੀ ਬੰਦੇ ਹੈਗੇ ਨੇ, ਫੀਡ ਕੰਪਨੀਆਂ ਦੇ ਬੰਦੇ ਵੀ ਹੈਗੇ ਨੇ, ਉਹਦੇ ਵਿੱਚ ਸਪਲੀਮੈਂਟ ਦੇ ਬੰਦੇ ਵੀ ਹੈਗੇ ਨੇ। ਵਪਾਰੀਆਂ ਤੋਂ ਰਹਿਤ ਹੈ ਉਹ ਗਰੁੱਪ, ਸਾਰੇ ਬੰਦੇ ਵਧੀਆ ਜੁੜੇ ਹੋਏ ਨੇ। ਅਤੇ ਤੁਸੀਂ ਸਾਰਿਆਂ ਨੇ ਮੈਨੂੰ ਵਟਸਐਪ 'ਤੇ ਐਡਮਿਨ ਗਰੁੱਪ ਦਾ ਮੈਸੇਜ ਕਰਨਾ, ਨਾਲ ਦੀ ਨਾਲ ਤੁਹਾਨੂੰ 2 ਮਿੰਟਾਂ ਦੇ ਅੰਦਰ ਅੰਦਰ ਗਰੁੱਪ ਦਾ ਲਿੰਕ ਆ ਜੂਗਾ ਅਤੇ ਤੁਸੀਂ ਉਹਦੇ ਵਿੱਚ ਐਡ ਹੋ ਜਾਇਓ। ਬਹੁਤ ਵਧੀਆ ਅਸੀਂ ਇਹ ਸੋਰਸ ਬਣਾਇਆ ਕਿ ਆਮ ਜ਼ਿਮੀਂਦਾਰ ਨੂੰ ਹਰੇਕ ਚੀਜ਼ ਵਾਜਬ ਰੇਟ 'ਤੇ ਮਿਲੇ ਅਤੇ ਕਿਸੇ ਵੀ ਤਰੀਕੇ ਦੀ ਲੁੱਟ ਨਾ ਹੋਵੇ। ਦੂਜੀ ਗੱਲ ਇਹ ਆ ਦੋਸਤੋ, ਇੱਕ ਸਾਰੇ ਵੀਰਾਂ ਦਾ ਫੋਨ ਆਉਂਦੇ ਸੀ, ਕਮੈਂਟ ਆਉਂਦੇ ਸੀ ਕਿ ਭਾਈ ਸਾਹਿਬ ਅਸੀਂ ਵੱਛੀਆਂ ਖਰੀਦ ਸਕਦੇ ਹਾਂ, ਕਿ ਵੀਰ ਜੀ ਅਸੀਂ ਵੱਛੀਆਂ ਖਰੀਦ ਸਕਦੇ ਹਾਂ। ਦੇਖੋ ਵੀਰ ਜੀ, ਵੱਛੀ ਖਰੀਦਣੀ ਤੁਸੀਂ ਖਰੀਦ ਲਓ, ਤੁਸੀਂ 15,000 ਦੀ ਵੱਛੀ ਲੈ ਲਓ, ਤੁਸੀਂ 25,000 ਦੀ ਵੱਛੀ ਲੈ ਲਓ, ਤੁਸੀਂ 50,000 ਦੀ ਵੱਛੀ ਲੈ ਲਓ, ਪੈਸੇ ਤੁਸੀਂ ਜਿੰਨੇ ਮਰਜ਼ੀ ਤੁਹਾਨੂੰ ਚੀਜ਼ ਸਮਝ ਆਵੇ ਤੁਸੀਂ ਲਾ ਸਕਦੇ ਹੋ। ਪਰ ਤੁਸੀਂ ਕਰਨਾ ਕੀ ਹੈ, ਕਿਸੇ ਵਧੀਆ ਫਾਰਮ ਦੇ ਵਿੱਚੋਂ ਚੰਗੇ ਰਿਕਾਰਡ ਵਾਲੀਆਂ ਵੱਛੀਆਂ ਜਿਹੜੀਆਂ ਨੇ ਲੈਣੀਆਂ ਨੇ, ਬਰੂਸੀਲੋਸਿਸ ਟੈਸਟ ਕਰਵਾ ਕੇ ਲੈਣੀਆਂ ਨੇ। ਅੱਜ ਕੱਲ੍ਹ ਦਾ ਟ੍ਰੈਂਡ ਆ ਗਿਆ ਜੀ, 15-20 ਵੱਛੀਆਂ ਇਕੱਠੀਆਂ ਕਰ ਲੈਂਦੇ ਨੇ, ਵੀਡੀਓ ਬਣਾਉਂਦੇ ਨੇ ਅਤੇ ਵੇਚਦੇ ਰਹਿੰਦੇ ਨੇ। ਦੋਸਤੋ, ਉਹ ਕੰਮ ਜਿਹੜਾ ਬਿਲਕੁਲ ਗਲਤ ਹੈ ਮੇਰੇ ਹਿਸਾਬ ਨਾਲ ਤਾਂ। ਚਲੋ, ਹਰੇਕ ਦਾ ਕਾਰੋਬਾਰ ਹੈ, ਕਈਆਂ ਦਾ ਚੱਲਦਾ, ਸੋ ਵਧੀਆ ਗੱਲ ਹੈ। ਜਿਨ੍ਹਾਂ ਨੇ ਘਰੇਲੂ ਗਾਵਾਂ ਰੱਖਣੀਆਂ ਨੇ ਉਹਨਾਂ ਨੇ ਵਧੀਆ ਵਧੀਆ, ਪਰ ਫਿਰ ਵੀ ਉਹ ਵੀ ਅਗਰ ਲੈਣੀਆਂ ਨੇ ਭਰਾ ਜੀ, ਲਵੋ ਤੁਸੀਂ, ਜੀ ਸਦਕੇ ਲਵੋ, ਬਟ ਬਰੂਸੀਲੋਸਿਸ ਟੈਸਟ ਕਰਵਾ ਕੇ ਲਵੋ। ਕਿਉਂਕਿ ਮੰਨ ਲਓ ਇੱਕ ਵੱਛੀ ਤੁਸੀਂ 6 ਮਹੀਨਿਆਂ ਦੀ ਲੈ ਲਈ, 25-30,000 ਦੀ ਤੁਸੀਂ ਵੱਛੀ ਲੈ ਲਈ, ਉਹਦੇ ਉੱਪਰ ਤੁਸੀਂ ਖਰਚਾ ਕਰ ਲਿਆ, ਜੇ ਉਹ ਬਰੂਸੀ ਪੋਜ਼ਿਟਿਵ ਹੋ ਗਈ, ਉਹਨੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਫਲ ਸੁੱਟ ਦੇਣਾ। ਦੇਖੋ ਜੀ, ਉਹਨੇ ਬੱਚਾ ਸੁੱਟ ਦੇਣਾ, ਜਿੰਨਾ ਤੁਸੀਂ ਖਰਚਾ ਕੀਤਾ ਤੁਹਾਡਾ ਸਾਰਾ ਵਿਅਰਥ ਹੈ। ਅਗਰ ਵੱਛੀ ਟਾਈਮ ਤੋਂ ਪਹਿਲਾਂ ਸੂਪੇ 20 ਕਿਲੋ ਵਾਲੀ ਨੇ, 5-7 ਕਿਲੋ ਹੀ ਦੁੱਧ ਦੇਣਾ ਹੈ, ਅਤੇ ਨਾ ਉਹਨਾਂ ਦਾ ਕੋਈ ਅੱਗਾ, ਨਾ ਉਹਨਾਂ ਦਾ ਕੋਈ ਪਿੱਛਾ, ਕਿਹੜੇ ਸੀਮਨ ਦੀਆਂ ਨੇ, ਕਿਹੜੇ ਰਿਕਾਰਡ ਦੀਆਂ ਨੇ, ਮਨ ਕਰੇ ਤੁਸੀਂ ਸਾਂਭ ਕੇ ਰੱਖੋ। ਉਹਦੇ ਨਾਲੋਂ ਚੰਗਾ ਇਹ ਆ ਕਿ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਗਾਵਾਂ ਨੇ, ਤੁਸੀਂ ਉਹਨਾਂ ਨੂੰ ਚੰਗੇ ਸੀਮਨ ਲਵਾਓ, ਉਹਨਾਂ ਤੋਂ ਅੱਗੇ ਟੌਪ ਦੀਆਂ ਵੱਛੀਆਂ ਤਿਆਰ ਕਰੋ।
ਲੋਕਲ ਉਹ ਕਰ ਲੈਣ ਜਿਨ੍ਹਾਂ ਕੋਲ ਕੋਈ ਇੱਕ ਦੋ ਵੱਛੀ ਨਹੀਂ ਹੈਗੀ। ਦੇਖੋ ਜਿੱਥੇ ਤੁਸੀਂ 30,000 ਰੁਪਈਆ 25,000 ਵੱਛੀ 'ਤੇ ਲਾਉਣਾ, ਉੱਥੇ ਤੁਸੀਂ 500 ਰੁਪਏ ਦਾ ਜਾਂ 300 ਰੁਪਏ ਦਾ ਟੈਸਟ ਕਰਵਾ ਕੇ ਲਓ। ਤੁਸੀਂ ਕਿਸੇ ਵਪਾਰੀ ਤੋਂ ਮਾਲ ਲੈਂਦੇ ਹੋ, ਅਗਲੇ ਨੂੰ ਕਹੋ ਵੀ ਜੇ ਤੂੰ ਲੈ ਕੇ ਆਉਂਦਾ ਬਾਈ ਬਰੂਸੀਲੋਸਿਸ ਦੀਆਂ ਨੈਗੇਟਿਵ ਵੱਛੀਆਂ ਚਾਹੀਦੀਆਂ ਨੇ ਸਾਨੂੰ, ਜਾਂ ਅਸੀਂ ਖੁਦ ਟੈਸਟ ਕਰਾਂਗੇ। ਕਿੱਟਾਂ ਮਾਰਕੀਟ ਦੇ ਵਿੱਚ ਅਵੇਲੇਬਲ ਨੇ, ਅਸੀਂ ਆਪਣੇ ਚੈਨਲ 'ਤੇ ਜਾਣਕਾਰੀ ਦਿੱਤੀ ਹੈ। 2 ਬੂੰਦਾਂ ਲਹੂ ਦੀਆਂ ਕੱਢਣੀਆਂ ਨੇ, ਮੱਛੀ ਦੀਆਂ ਕੰਨ ਦੀ ਵੇਨ 'ਚੋਂ ਕੱਢ ਲਓ, ਵੱਡੀ ਨਾੜ 'ਚੋਂ ਕੱਢ ਲਓ, ਉਹ ਕਿੱਟ ਦੇ ਉੱਪਰ ਪਾਓ, 2 ਮਿੰਟਾਂ ਦੇ ਵਿੱਚ ਨਾਲ ਦੀ ਨਾਲ ਰਿਜ਼ਲਟ ਆ ਜਾਂਦਾ। ਜਿਹੜੀ ਵੱਛੀ ਬਰੂਸੀਲਾ ਪੋਜ਼ਿਟਿਵ ਹੋ ਗਈ, ਅਗਰ ਤੁਹਾਡਾ ਫਾਰਮ ਸਾਰਾ ਨੈਗੇਟਿਵ ਹੈ, ਤੁਸੀਂ ਇੱਕ ਵੱਛੀ ਬਰੂਸੀਲਾ ਪੋਜ਼ਿਟਿਵ ਵਾਲੀ ਲੈ ਗਏ, ਉਹਨੇ ਜਾਂਦਿਆਂ ਹੀ ਸਾਰਾ ਫਾਰਮ ਪੋਜ਼ਿਟਿਵ ਕਰ ਦੇਣਾ ਤੁਹਾਡਾ। ਕਿਉਂਕਿ ਜਦੋਂ ਵੀ ਕਦੀ ਉਹ ਤਾਰਾਂ ਸੁੱਟੂਗੀ ਜਾਂ ਜਦੋਂ ਵੀ ਕਦੀ ਉਹ ਸੂਗੀ ਜਾਂ ਬੱਚਾ ਸੁੱਟੂਗੀ ਤਾਂ ਸਾਰਾ ਬੈਕਟੀਰੀਆ ਤੁਹਾਡੇ ਫਾਰਮ ਦੇ ਵਿੱਚ ਫੈਲੂਗਾ, ਤੁਸੀਂ ਕਦੀ ਵੀ ਫਿਰ ਨੈਗੇਟਿਵ ਨਹੀਂ ਕਰ ਸਕਦੇ। ਅਗਰ ਤੁਸੀਂ ਛੋਟੀ ਵੱਛੀ, ਮੈਂ ਤੁਹਾਨੂੰ ਇਹੀ ਸੁਜੈਸ਼ਨ ਕਰੂੰਗਾ ਕਿ ਤੁਸੀਂ ਛੋਟੀ ਵੱਛੀ, ਹਫ਼ਤੇ 10 ਦਿਨ ਦੀ ਵੱਛੀ, ਮਹੀਨੇ ਦੀ ਵੱਛੀ ਫਾਰਮ ਦੇ ਵਿੱਚੋਂ ਖੁਦ ਲਵੋ, ਖੁਦ ਉਹਨੂੰ ਪਾਲੋ। ਇੱਕ ਤਾਂ ਤੁਹਾਨੂੰ ਨੌਲੇਜ ਮਿਲੂਗੀ, ਇੱਕ ਤੁਸੀਂ ਉਹਨੂੰ ਹਰ ਤਰ੍ਹਾਂ ਦੀ ਵੈਕਸੀਨ ਕਰ ਦੋਗੇ। ਅਗਰ ਦੇਖੋ ਤੁਸੀਂ ਉਹ 'ਤੇ 1,00,000 ਰੁਪਇਆ ਖਰਚਾ ਕਰੋਗੇ ਵੀ 2 ਸਾਲਾਂ ਦਾ, ਤਾਂ ਬਾਈ ਜੀ ਉਹ ਤੁਹਾਡਾ ਨੁਕਸਾਨ ਨਹੀਂ ਹੋਊਗਾ। ਹੁਣ ਤੁਸੀਂ ਖਰਚਾ ਕਰ ਲਿਆ, ਬੱਚੀ ਵੀ ਲੈ ਲਈ, ਪਹਿਲਾ ਨੁਕਸਾਨ ਕਿ ਉਹ ਬੱਚਾ ਸੁੱਟ ਸਕਦੀ ਹੈ, ਦੂਜਾ ਨੁਕਸਾਨ ਕਿ ਉਹਨੇ ਦੁੱਧ ਪੂਰਾ ਨਹੀਂ ਦੇਣਾ। ਤੁਹਾਨੂੰ ਕੀ ਪਤਾ ਉਹ ਕਿੰਨੇ ਦੁੱਧ ਵਾਲੀ ਮਾਂ ਦੀ ਹੈ। ਦੇਖੋ ਬੱਚੇ ਵੇਖਣ ਦੇ ਵਿੱਚ ਜ਼ਰੂਰ ਸੋਹਣੇ ਲੱਗਦੇ ਨੇ, ਹੁਣ ਇੱਕ ਵੱਛੀ ਤੁਹਾਡਾ ਖਰਚਾ ਕਿੰਨਾ ਆ ਗਿਆ, 30,000-40,000 ਦੀ ਤੁਸੀਂ ਵੱਛੀ ਲੈ ਕੇ ਆਉਂਦੀ, 1,00,000 ਰੁਪਇਆ ਤੁਹਾਡਾ 2 ਸਾਲਾਂ ਦੇ ਪਾਲਣ ਦਾ ਖਰਚਾ ਆ ਗਿਆ, 1,50,000 ਤਾਂ ਤੁਹਾਨੂੰ ਉਂਝ ਹੀ ਪੈ ਗਈ। ਜੇ ਮੁੜ ਕੇ ਉਹ 10-12 ਕਿਲੋ ਦੁੱਧ ਤੋਂ ਨਾ ਵਧੀ ਦੋਸਤੋ, ਤੁਸੀਂ ਲੋਸ 'ਚ ਹੋ। ਇਸੇ ਕਰਕੇ ਐਵੇਂ ਕੰਮ ਨਹੀਂ ਚੱਲਦੇ, ਇੱਦਾਂ ਹੋਰ ਹੀ ਬੰਦਿਆਂ ਦੇ ਕਾਰੋਬਾਰ ਚੱਲਦੇ ਨੇ। ਜ਼ਿਮੀਂਦਾਰ ਤਾਂ ਪਹਿਲਾਂ ਹੀ ਬਹੁਤ ਘੱਟ ਹੀ ਨੇ, ਜੇ ਉਹਨਾਂ ਕੋਲ ਇਹ ਜਿਹੀਆਂ ਨਸਲਾਂ ਜਾਂਦੀਆਂ ਰਹੀਆਂ ਤਾਂ ਬੇੜਾ ਗਰਕ ਹੋ ਜਾਣਾ ਜੀ। ਇਸੇ ਕਰਕੇ ਬਹੁਤ ਸੋਚ ਸਮਝ ਕੇ ਪਸ਼ੂ ਖਰੀਦੋ, ਚੰਗੇ ਵੀਰ ਭਰਾਵਾਂ ਤੋਂ ਖਰੀਦੋ, ਚੰਗੇ ਫਾਰਮਾਂ ਦੇ ਵਿੱਚੋਂ ਖਰੀਦੋ। ਹੋ ਸਕਦਾ ਕੋਈ ਫਾਰਮਰ ਵੀ ਮਾੜਾ ਹੋ ਸਕਦਾ, ਅਸੀਂ ਨਹੀਂ ਕਹਿੰਦੇ ਸਾਰੇ ਚੰਗੇ ਨੇ, ਲੇਕਿਨ ਤੁਸੀਂ ਆਪਣੇ ਏਰੀਏ ਦੇ ਵਿੱਚੋਂ ਟਰਾਈ ਮਾਰ ਕੇ ਜਾਂ ਦੂਜੇ ਏਰੀਏ 'ਚ ਜਾਣਾ ਤਾਂ ਸੋਚ ਸਮਝ ਕੇ ਪੜਤਾਲ ਕਰਕੇ, ਪੈਸੇ ਦੇ ਕੇ ਆਪਾਂ ਚੀਜ਼ ਖਰੀਦਣੀ ਆ, ਕੋਈ ਫ੍ਰੀ ਥੋੜ੍ਹੀ ਖਰੀਦਣੀ ਹੈ। ਇਸੇ ਕਰਕੇ ਇਹ ਗੱਲਾਂ ਨਿੱਕੀਆਂ ਨਿੱਕੀਆਂ ਦੀ ਜਾਣਕਾਰੀ ਤੁਸੀਂ ਰੱਖਦੇ ਰਹੋ ਅਤੇ ਗਰੁੱਪ ਸਾਡੇ ਦੇ ਵਿੱਚ ਜੁੜੋ, ਤਾਂ ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਪ੍ਰੋਵਾਈਡ ਹੋਊਗੀ ਬਿਲਕੁਲ ਫ੍ਰੀ। ਥੈਂਕ ਯੂ ਜੀ।